ਬਾਕੀ ਹੁਣ ਜੇ ਕਿਸੇ ਨੂੰ ਢਿੱਡ ਪੀੜ ਹੁੰਦੀ ਹੈ ਕਿ ਮੈਂ ਨਹੀਂ ਲੀਡ ਕਰ ਰਿਹਾ, ਇਹਨੂੰ ਕਰ ਰਿਹਾ, ਕਰਾ ਦੇਣਾ, ਅਸੀਂ ਤਾਂ ਕਹਿੰਦੇ ਤੁਸੀਂ ਕਰ ਲਓ ਜੀ, ਅਸੀਂ ਤਾਂ ਉਹਦੇ ਮਗਰ ਵੀ ਲੱਗ ਜਾਂਗੇ। ਬਾਕੀ ਹੁਣ ਜੇ ਕਿਸੇ ਨੂੰ ਢਿੱਡ ਪੀੜ ਹੁੰਦੀ ਹੈ ਕਿ ਮੈਂ ਨਹੀਂ ਲੀਡ ਕਰ ਰਿਹਾ, ਇਹਨੂੰ ਕਰ ਰਿਹਾ, ਕਰਾ ਦੇਣਾ, ਅਸੀਂ ਤਾਂ ਕਹਿੰਦੇ ਤੁਸੀਂ ਕਰ ਲਓ ਜੀ, ਅਸੀਂ ਤਾਂ ਉਹਦੇ ਮਗਰ ਵੀ ਲੱਗ ਜਾਂਗੇ। ਪਿਛਲੀ ਵਾਰੀ ਵੀ ਮੈਂ ਇਹ ਜਿਹਾ ਚਿਦੰਬਰਮ ਸਾਹਿਬ ਨੇ ਇੱਕ ਵਾਰੀ ਪ੍ਰੋਗਰਾਮ ਕੀਤਾ ਸੀਗਾ ਜਦੋਂ ICP ਵਾਹਗਾ ਬਣਿਆ, ਉਦੋਂ ਵੀ ਪ੍ਰੋਗਰਾਮ ਵਾਹਗੇ 'ਚ ਹੋਇਆ ਸੀ ਅਤੇ ICP ਚਿਦੰਬਰਮ ਸਾਹਿਬ ਦੀ ਗਵਰਨਮੈਂਟ ਆਫ ਇੰਡੀਆ ਹੇਠ ਹੋਇਆ ਸੀ। ਸੋ ਕੋਈ ਹੋਰ ਸਟੇਜ ਲਾ ਰਿਹਾ, ਕਿਉਂ ਲਾ ਰਿਹਾ, ਆਈ ਨੋਟ ਕਮੈਂਟ ਆਫ ਇਟ, ਬਟ ਸਟੇਜ ਗਵਰਨਮੈਂਟ ਆਫ ਇੰਡੀਆ ਦਾ ਪ੍ਰੋਗਰਾਮ ਤਾਂ ਇੱਕੋ ਹੀ ਹੈ ਜੀ, ਪ੍ਰੋਗਰਾਮ ਹੀ ਗਵਰਨਮੈਂਟ ਆਫ ਇੰਡੀਆ ਦਾ, ਕਿਉਂਕਿ ਇਟਸ ਰਿਲੇਟਡ ਵਿਦ ਇੰਟਰਨੈਸ਼ਨਲ ਬਾਊਂਡਰੀਜ਼, ਇੰਟਰਨੈਸ਼ਨਲ ਬਾਊਂਡਰੀਜ਼, ਐਵਰੀਥਿੰਗ ਇਜ਼ ਗਵਰਨਮੈਂਟ ਆਫ ਇੰਡੀਆ ਰਿਲੇਟਡ। ਸੋ ਦ ਕੁਐਸਚਨ ਆਫ ਵਾਈ ਅਨਦਰ ਸਟੇਜ ਔਰ ਨੈਕਸਟ ਸਟੇਜ, ਆਈ ਡੋਂਟ ਸੀ ਦ ਰੀਜ਼ਨ, ਬਟ ਸਿੰਸ ਇਟ ਇਜ਼ ਅ ਗਵਰਨਮੈਂਟ ਆਫ ਇੰਡੀਆ ਫੰਕਸ਼ਨ, ਬਿਕੋਜ਼ ਇਟ ਰਿਲੇਟਸ ਟੂ ਇੰਟਰਨੈਸ਼ਨਲ ਬਾਊਂਡਰੀਜ਼, ਇਟ ਰਿਲੇਟਸ ਟੂ ICP, ਉਹ ਔਰ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਦਾ ਵੀ ਜੋ ਹੁਕਮ ਸੀ, ਫਰਮਾਨ ਸੀ, ਉਸ ਨੂੰ ਤੋਂ ਵੀ ਫੁੱਲ ਚੜਾਉਂਦੇ। ਪ੍ਰਧਾਨ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਇਹ ਸਟੇਜ 'ਤੇ ਸਾਰੇ ਆਉਣ, ਸੋ ਐਵਰੀਬਡੀ ਸ਼ੁੱਡ ਬੀ ਪਾਰਟ ਆਫ ਦ ਸਟੇਜ, ਐਂਡ ਲਾਈਕ ਐਸ ਏ ICP ਕਮਸ ਅੰਡਰ ਗਵਰਨਮੈਂਟ ਆਫ ਇੰਡੀਆ ਡੋਮੇਨ, ਉਹਨੂੰ ਨਹੀਂ ਕੋਈ ਬਦਲ ਸਕਦਾ ਜੀ, ਔਰ ਉਹ ਜਿਹੜਾ ਲਾਂਘਾ ਖੋਲ੍ਹਣਾ ਉਹ ਪੰਜਾਬ ਗਵਰਨਮੈਂਟ ਜਾਂ ਕੋਈ ਨਹੀਂ ਖੋਲ੍ਹ ਸਕਦੀ, ਉਹ ਗਵਰਨਮੈਂਟ ਆਫ ਇੰਡੀਆ ਨੇ ਖੋਲ੍ਹਣਾ। ਸੋ ਜੋ ਇਹਨਾਂ ਦਾ ਪ੍ਰੋਗਰਾਮ ਆ, ਉਹਨਾਂ ਦੇ ਪ੍ਰੋਗਰਾਮ 'ਚ ਸਾਰੇ ਆਉਣ, ਔਰ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਦਾ ਵੀ ਇਹ ਫਰਮਾਨ ਹੈ, ਔਰ ਉਸ ਗੱਲ 'ਤੇ ਗਵਰਨਮੈਂਟ ਆਫ ਇੰਡੀਆ ਨੇ ਜਿਵੇਂ ਪਹਿਲਾਂ ਪਟਨਾ ਸਾਹਿਬ 'ਚ ਜਦ ਪ੍ਰੋਗਰਾਮ ਹੋਇਆ ਸੀ ਉਦੋਂ ਨਿਤੀਸ਼ ਕੁਮਾਰ ਜੀ ਨੇ, ਸਾਰੀ ਗਵਰਨਮੈਂਟਸ ਨੇ, ਇਸ 'ਤੇ ਵੀ SGPC ਨੂੰ ਉਹਨਾਂ ਨੇ ਧਾਰਮਿਕ ਸਟੇਜ ਦਿੱਤੀ, ਔਰ ਲਾਈਕ ਚੀਮਾ ਸਾਹਿਬ ਹੈ ਸੁਜੈਸਟਿਡ ਦੈਟ ਦਿਸ ਇਜ਼, ਇਹ ਪੋਲੀਟੀਕਲ ਸਟੇਜ ਨਹੀਂ ਹੈ, ਇਹ ਰਿਲੀਜੀਅਸ ਸਟੇਜ ਆ, ਕਿਉਂਕਿ ਪਹਿਲਾਂ ਅਖੰਡ ਪਾਠ ਸਾਹਿਬ ਰਖਾਏ ਜਾ ਰਹੇ ਆ, ਫਿਰ ਉੱਥੇ ਪਹਿਲਾਂ ਕੀਰਤਨ ਹੋਣਾ, ਔਰ ਅਰਦਾਸ ਹੋ ਕੇ ਗੁਰੂ ਸਾਹਿਬ ਦੀ ਹੁਕਮਨਾਮਾ ਬਖਸ਼ਿਸ਼ ਲੈ ਕੇ ਫਿਰ ਉੱਥੇ ਆਪਦਾ ਅਗਲਾ ਪ੍ਰੋਗਰਾਮ ਸ਼ੁਰੂ ਹੋ। ਵੈਰੀ ਗੁੱਡ ਕੁਐਸਚਨ ਯੂ ਵਾਸ ਨਾ, ਵਾਟ ਦਾ ਚੀਫ ਮਿਨਿਸਟਰ ਇਜ਼ ਸੇਇੰਗ, ਆਈ ਕੈਨ ਨੋਟ ਕਮੈਂਟ ਔਨ ਦੈਟ, ਆਈ ਐਮ ਨੋਟ ਅ ਸਪੋਕਸਪਰਸਨ ਫੋਰ ਦਾ ਚੀਫ ਮਿਨਿਸਟਰ, ਬਟ ਸਿੰਸ ਯੂ ਨੋ ਦਾ ਪ੍ਰੋਗਰਾਮ ਇਜ਼ ਰਿਲੇਟਡ ਟੂ ਇੰਟਰਨੈਸ਼ਨਲ ਬਾਊਂਡਰੀਜ਼, ਨਾ ਹੂ ਲੀਡਸ ਦਾ ਜਥਾ ਔਰ ਡਜ਼ਨਟ ਲੀਡ ਦਾ ਜਥਾ, ਡਿਸੀਜਨ ਇਜ਼ ਨੋਟ ਬਾਏ ਸਟੇਟ ਗਵਰਨਮੈਂਟ, ਇਟ ਇਜ਼ ਗੋਇੰਗ ਟੂ ਬੀ, ਇਟ ਇਜ਼ ਐਨ ਇੰਟਰਨੈਸ਼ਨਲ ਇਸ਼ੂ, ਸੈਟ ਪ੍ਰੋਟੋਕਾਲ, ਆਈ ਥਿੰਕ ਆਲ ਪੱਤਰਕਾਰ ਸਭ ਆਪਣਾ ਸਭ ਤੋਂ ਨਾਈਵ, ਬੇਸਮਝ ਵੀ ਕਹਿ ਲਓ ਜਾਂ ਬੇਸਿਕ ਸਮਝਦਾਰੀ ਵਾਲੇ ਕਹਿ ਲਓ, ਦੈਟ ਇੰਟਰਨੈਸ਼ਨਲ ਇਸ਼ੂਜ਼ ਆਰ ਓਨਲੀ ਡੈਲਟ ਵਿਦ ਗਵਰਨਮੈਂਟ ਆਫ ਇੰਡੀਆ, ਬਾਕੀ ਜੀ ਇਹ ਸੰਗਤ ਦਾ ਕੰਮ ਹੈ, ਗੁਰੂ ਦੀ ਬਖਸ਼ਿਸ਼ ਹੋਈ ਹੈ, ਗੁਰੂ ਦੀ ਬਖਸ਼ਿਸ਼ ਨਾਲ ਇਹ ਲਾਂਘਾ ਖੋਲ੍ਹਿਆ, ਗੁਰੂ ਸਾਹਿਬ ਨੇ, ਮੈਂ ਤਾਂ ਸਮਝਦਾ ਕਿ ਸੱਚੇ ਪਾਤਸ਼ਾਹ ਨੇ ਬੜੀ ਬਖਸ਼ਿਸ਼ ਕੀਤੀ ਹੈ ਕਿ ਦੋਵੇਂ ਸਰਕਾਰਾਂ ਨੂੰ ਪਰੇਡ ਕੇ ਇਹ ਫੈਸਲਾ ਹੋਇਆ, ਇਸ ਲਈ ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਅਰਦਾਸ ਸੁਣੀ ਗਈ ਹੈ। ਬਾਕੀ ਹੁਣ ਜੇ ਕਿਸੇ ਨੂੰ ਢਿੱਡ ਪੀੜ ਹੁੰਦੀ ਹੈ ਕਿ ਮੈਂ ਨਹੀਂ ਲੀਡ ਕਰ ਰਿਹਾ, ਇਹਨੂੰ ਕਰ ਰਿਹਾ, ਕਰਾ ਦੇਣਾ, ਅਸੀਂ ਤਾਂ ਕਹਿੰਦੇ ਤੁਸੀਂ ਕਰ ਲਓ ਜੀ, ਅਸੀਂ ਤਾਂ ਉਹਦੇ ਮਗਰ ਵੀ ਲੱਗ ਜਾਂਗੇ। ਕਰ ਲੋਕ ਸੰਗਤ ਦਾ ਅਖੀਰ 'ਚ ਗੁਰੂ ਸਾਹਿਬ ਦਾ ਜਿਹੜਾ 550 ਸਾਲਾ, ਉਹਦੇ 'ਚ ਚਾਰ ਚੰਦ ਲੱਗਣੇ ਚਾਹੀਦੇ ਰਲ ਮਿਲ ਕੇ ਆਪਾਂ ਨੂੰ। ਪਹਿਲਾਂ ਤਾਂ ਅਰਦਾਸ ਹੈ ਨਾ ਜੀ, ਪਹਿਲਾਂ ਪਾਠ ਹੈ, ਅਰਦਾਸ ਹੈ, ਗੁਰੂ ਸਾਹਿਬ ਦਾ ਹੁਕਮਨਾਮਾ ਹੈ, ਫਿਰ ਉਹ ਤੋਂ ਬਾਅਦ ਉੱਥੇ ਪ੍ਰੋਗਰਾਮ ਜਦ ਸੰਪੂਰਨ ਹੁੰਦਾ ਫਿਰ ਅੱਗੇ ਜਾ ਕੇ ਫਿਰ ਉਹ ਜਾਊਗਾ। ਇਹ ਤਾਂ ਲਿਸਟ ਜੀ ਫਿਰ ਮੈਂ ਦੱਸਾਂ ਕਿ ਸਾਨੂੰ ਆਪ ਨੂੰ ਨਹੀਂ ਪਤਾ, ਸਾਨੂੰ ਤਾਂ ਪੁੱਛਿਆ ਸੀ ਕੌਣ ਕੌਣ ਜਾਣਾ ਚਾਹੁੰਦਾ, ਸਾਰੇ ਜਾਣਾ ਚਾਹੁੰਦਾ, ਵਿਲਿੰਗਨੈਸ ਤਾਂ ਮੈਨੂੰ ਲੱਗਦਾ ਲਗਭਗ ਸਭ ਨੇ ਦੇ ਦਿੱਤੀ ਹੈ, ਹੁਣ ਕਲੀਅਰੈਂਸ ਕਿਹਦੀ ਹੋ ਕੇ ਆਉਂਦੀ ਹੈ, ਉਹ ਗਵਰਨਮੈਂਟ ਆਫ ਇੰਡੀਆ ਨੂੰ ਤੁਸੀਂ ਇਹ ਸਵਾਲ ਪੁੱਛੋ, ਸਾਨੂੰ ਆਪ ਨੂੰ ਨਹੀਂ ਪਤਾ। ਮੈਂ ਤਾਂ ਅੱਗੇ ਦੱਸਤਾ ਜੀ, ਮੈਂ ਤਾਂ ਤੁਹਾਨੂੰ ਇਹ ਗੱਲ ਦਾ ਪਹਿਲਾਂ ਹੀ ਜਵਾਬ ਦੇ ਦਿੱਤਾ ਕਿ ਇਹ ਗੁਰੂ ਨਾਨਕ ਸਾਹਿਬ ਨੇ ਬੜੀ ਵੱਡੀ ਬਖਸ਼ਿਸ਼ ਕੀਤੀ ਹੈ, ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਹੋਇਆ, ਅਤੇ ਲੀਡ ਕਹਿ ਲਓ, ਬਖਸ਼ਿਸ਼ ਕਹਿ ਲਓ, ਗੁਰੂ ਸਾਹਿਬ ਦੀ ਹੋ ਗਈ,
ਇਹ ਤਾਂ ਤੁਹਾਡੀ ਅਤੇ ਮੇਰੀ ਮਨ ਦੀ ਅਵਸਥਾ ਹੈ ਕਿ ਜਿਹੜਾ ਕਹੂਗਾ ਅਤੇ ਬਾਕੀ ਜਿਹਦਾ ਜਿਹਨੂੰ ਨਹੀਂ ਫਿਰ ਵੀ ਢਿੱਡ ਪੀੜ ਰਹਿੰਦੀ ਅਸੀਂ ਕਹਿ ਦਿਆਂਗੇ ਤੇਰੇ ਕਰਕੇ ਹੀ ਹੈ ਜੀ ਸਾਰਾ ਕੁਛ। ਐਂਡ ਐਨੀਵੇਜ਼ ਬੇਸਿਕਲੀ ਆਈ ਥਿੰਕ ਜਿਹੜਾ ਤਾਂ ਧਾਰਮਿਕ ਬੰਦਾ ਨਾ ਜੀ, ਉਹਦੇ ਲਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਉਹਦੀ ਧਿਆਨ ਉੱਥੇ ਹੈ, ਅਤੇ ਜਿਹਦਾ ਨਹੀਂ ਹੈ ਜਾਂ ਜੋ ਪ੍ਰੋਟੋਕੋਲਾਂ 'ਚ ਫਸਿਆ ਜੋ ਕੋਈ ਹੋਰ ਸੋਚ 'ਚ ਸਮਾਂ ਉਹ ਉਸ ਹਿਸਾਬ ਨਾਲ ਜੇ ਬਸ ਜਿਹਦੀ ਮਨ ਦੀ ਅਵਸਥਾ ਜਿਹੋ ਜਿਹੀ ਆ, ਰੱਬ ਨੇ ਤਾਂ ਸਭ ਨੂੰ ਭਾਗ ਲਾ ਦੇਣੇ। ਕਈ ਜਾਂਦੇ ਕੁਛ ਮੰਗਣ, ਕਈ ਜਾਂਦੇ ਗੁਰੂ ਦੇ ਚਰਨ ਪਰਸਨ, ਕਈ ਜਾਂਦੇ ਨਾਮ ਦੀ ਦਾਤ ਲੈਣ, ਕਈ ਜਾਂਦੇ ਆ ਕੋਈ ਦਾਤ ਲੈਣ, ਗੁਰੂ ਨੇ ਤਾਂ ਸਾਰੇ ਨਿਵਾਜ ਦੇਣੇ। ਇਸ ਲਈ ਜੋ ਜਿਹੜੀ ਭਾਵਨਾ ਨਾਲ ਜਾਊਗਾ ਸੱਚੇ ਪਾਤਸ਼ਾਹ ਨਿਵਾਜਣਗੇ ਉਹਨੂੰ, ਬਿਲਕੁਲ ਜੀ ਬਿਲਕੁਲ ਹੋ ਜੂਗਾ। ਇਫ ਦਾ ਪ੍ਰਾਈਮ ਮਿਨਿਸਟਰ ਇਜ਼ ਡਿਸਾਈਡ ਗਿਵਨ ਅ ਡੇਟ, ਆਈ ਥਿੰਕ ਇਟਸ ਆਲ ਵੈਰੀ ਵੈਲ ਡਿਸਾਈਡਿਡ। ਔਰ ਆਈ ਥਿੰਕ ਸਾਡੇ ਲਈ, ਪੰਜਾਬੀਆਂ ਲਈ ਇਹ ਬੜੀ ਮਾਣ ਦੀ ਗੱਲ ਹੈ, ਕਿਉਂਕਿ ਜੋ ਮੇਰੇ ਕੋਲ ਖਬਰ ਆਈ ਹੈ, ਜੋ ਲਿਟਲ ਇਨਫੋਰਮੇਸ਼ਨ ਦੈਟ ਆਈ ਹੈਵ ਗੈਦਰਡ, ਇਹ ਲਾਂਘਾ ਖੁੱਲ੍ਹਣ ਦਾ ਉਤਸ਼ਾਹ ਮਤਲਬ ਕੰਨਿਆ ਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਲੋਕਾਂ ਨੂੰ ਵੇਖਣ ਨੂੰ ਮਿਲ ਰਿਹਾ। ਸੋ ਟੂ ਸਾਡੇ ਲਈ ਤਾਂ ਬੜੀ ਮਾਣ ਦੀ ਗੱਲ ਹੈ, ਜਿਵੇਂ ਗੁਰੂ ਸਾਹਿਬ ਨੇ ਇੱਕ ਸਾਂਝਾ ਉਪਦੇਸ਼ ਦਿੱਤਾ 13-13 ਹਰੇਕ ਨੂੰ ਇੱਕ ਨਜ਼ਰ ਨਾਲ ਵੇਖਿਆ। ਸੋ ਜਦ ਕੋਈ ਆਂਧਰਾ ਪ੍ਰਦੇਸ਼ 'ਚੋਂ ਆਵੇ, ਤਮਿਲਨਾਡੂ ਤੋਂ ਆਵੇ, ਕੇਰਲਾ ਤੋਂ ਆਵੇ, ਮੈਂ ਤਾਂ ਕਹਿੰਦਾ ਸਾਰੇ ਸੂਬੇ ਦੇ ਲੋਕ ਆਉਣ, ਔਰ ਜਦ ਲੰਘਣਗੇ ਤਾਂ ਉਹਦੇ ਨਾਲ ਸ਼ਾਨ ਪੰਜਾਬੀਆਂ ਦੀ ਵਧੂਗੀ, ਔਰ ਬਖਸ਼ਿਸ਼ਾਂ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦੀ ਫਿਲੋਸਫੀ ਜਿਹੜੀ ਹੈ ਗੁਰੂ ਸਾਹਿਬ ਦੀ ਬਖਸ਼ਿਸ਼ਾਂ ਵੀ ਮਿਲਣਗੀ। ਮੈਂ ਕਹਿੰਦਾ ਜੀ ਇੱਕੋ ਬੰਦੇ ਨੂੰ ਕ੍ਰੈਡਿਟ ਦਾ ਹੈ, ਸਾਰਾ ਕ੍ਰੈਡਿਟ ਉਹਨੂੰ ਦੇ ਦਿਆਂਗੇ, ਜਾਣਾ ਤਾਂ ਮਗਰ ਸਾਹਿਬ ਨੇ, ਇੱਕੋ ਨੂੰ ਪ੍ਰੋਬਲਮ ਹੈ। ਅਸੀਂ ਤਾਂ ਸਿੱਧੀ ਜੀ ਗੱਲ ਕਰੀ, ਬਾਕੀ ਤਾਂ ਮੈਂ ਸਾਰੀ ਗੱਲ ਹੀ ਦੱਸਤੀ ਕਿ ਅਸੀਂ ਸਾਰੇ, ਮੈਂ ਤਾਂ ਸਭ ਆਉਣ ਰਲ ਮਿਲ ਕੇ ਮਨਾਈਏ, ਗੁਰੂ ਦੇ ਸਤਿਕਾਰ ਗੁਰੂ ਦੇ ਅਦਬ 'ਚ ਰਹਿ ਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਾਨ, ਔਰ ਅਕਾਲ ਤਖਤ ਸਾਹਿਬ ਤੋਂ ਜਦੋਂ ਸੱਚੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਫੈਸਲਾ ਸੁਣਾ ਤਾ, ਔਰ ਦੇਖੋ ਦੋ ਨੇ ਧਾਰਮਿਕ ਤੌਰ 'ਤੇ ਅਕਾਲ ਤਖਤ ਸਾਹਿਬ, ਔਰ ਪੋਲੀਟੀਕਲ ਤੌਰ 'ਤੇ ਪ੍ਰਧਾਨ ਮੰਤਰੀ, ਫਿਰ ਉਹਦੇ ਬਾਅਦ ਹੀ ਸਭ ਕੁਛ ਹੈ। ਐਂਡ ਇਫ ਪ੍ਰੈਜ਼ੀਡੈਂਟ ਔਰ ਵਾਈਸ ਪ੍ਰੈਜ਼ੀਡੈਂਟ ਇਜ਼ ਕਮਿੰਗ, ਇਹਦੇ ਨਾਲ ਸ਼ਾਨ ਵਧਣੀ ਹੈ ਪੰਜਾਬੀਆਂ ਦੀ, ਘਟਣੀ ਤਾਂ ਹੈ ਨਹੀਂ, ਬਿਕੋਜ਼ ਆਫਟਰ ਆਲ ਇਟਸ ਅ ਡੈਮੋਕ੍ਰੇਸੀ। ਅਸਲ 'ਚ ਨਾ ਜੀ ਮੈਂ ਕੁਛ ਕਹਿਣਾ ਨਹੀਂ ਚਾਹੁੰਦਾ, ਮਗਰ ਮੰਤਰੀ ਜੀ ਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ, ਚਿੱਠੀ ਤੁਸੀਂ ਪ੍ਰੋਟੋਕੋਲ ਜੇ ਫੋਲੋ ਕਰੋ ਨਾ, ਚਿੱਠੀ ਵੀ ਜੇ ਮੰਤਰੀ ਨੂੰ ਕੋਈ ਪ੍ਰੋਬਲਮ ਹੈ ਉਹ ਚੀਫ ਮਿਨਿਸਟਰ ਨੂੰ ਲਿਖਦਾ, ਐਂਡ ਚੀਫ ਮਿਨਿਸਟਰ ਸਾਹਿਬ ਸਟੇਟ ਦਾ ਹੈੱਡ ਹੈ, ਚੀਫ ਮਿਨਿਸਟਰ, ਚੀਫ ਮਿਨਿਸਟਰ ਵਿਲ ਦੈਨ ਰਾਈਟ ਟੂ ਦਾ ਗਵਰਨਮੈਂਟ ਆਫ ਇੰਡੀਆ। ਸੋ ਜਿਹਨਾਂ ਨੂੰ ਪ੍ਰੋਟੋਕੋਲ ਭੁੱਲਿਆ ਪਿਆ ਫੋਰ ਪਰਸਨਲ ਰੀਜ਼ਨ, ਦੇ ਸ਼ੁੱਡ ਆਨਸਰ ਇਟ, ਬਟ ਆਈ ਫੀਲ ਚੀਫ ਮਿਨਿਸਟਰ ਇਜ਼ ਕਮਿੰਗ ਫੋਰ ਦਿਸ ਪ੍ਰੋਗਰਾਮ। ਸੋ ਟੂ ਸਟੇਜਿਸ ਕਿਉਂ ਲਾ ਰਹੇ ਆ, ਕਿਉਂ ਵੱਖਰੇਵਾ ਪੈਦਾ ਕਰ ਰਹੇ, ਇਹ ਉਹ ਜਵਾਬ ਦੇਣ। ਮਗਰ ਕਿਉਂਕਿ ਲਾਈਕ ਹੈ, ਦੇਖੋ ਫੰਡਾਮੈਂਟਲੀ ਇੱਕ ਚੀਜ਼ ਬੜੀ ਕਲੀਅਰ ਰੱਖਿਓ ਕਿ ਇੰਟਰਨੈਸ਼ਨਲ ਬਾਰਡਰਸ ਦੀ ਗੱਲ ਹੈ, ਉਹ ਗਵਰਨਮੈਂਟ ਆਫ ਇੰਡੀਆ ਦੇ ਡੋਮੇਨ ਥੱਲੇ ਆਉਂਦਾ। ਆਈ ਸੀ ਪੀ ਪਹਿਲਾਂ ਵੀ ਕਈ ਖੁੱਲ੍ਹੇ ਆ, ਉਹ ਵੀ ਗਵਰਨਮੈਂਟ ਆਫ ਇੰਡੀਆ ਦੀ ਡੋਮੇਨ ਥੱਲੇ ਆਉਂਦਾ। ਸੋ ਫੈਡਰਲ ਸਟਰਕਚਰ 'ਚ ਜੋ ਜ਼ਿੰਮੇਵਾਰੀ ਜੀਦੀ ਹੈ ਉਹਦੇ ਤੋਂ ਤੁਸੀਂ ਦੂਰ ਜਾ ਨਹੀਂ ਸਕਦੇ, ਔਰ ਉਹਦੇ 'ਚ ਪ੍ਰਧਾਨ ਮੰਤਰੀ ਸਾਹਿਬ ਦੀ ਜਿਹੜੀ ਇਹ ਵਿਜ਼ਿਟ ਹੈ, ਡੈਮੋਕ੍ਰੇਸੀ 'ਚ ਸਭ ਤੋਂ ਵੱਡੀ ਪੋਸਟ ਪ੍ਰਧਾਨ ਮੰਤਰੀ ਦੀ ਹੈ, ਔਰ ਉਹਨਾਂ ਨੇ ਸਭ ਨੂੰ ਜਿਵੇਂ ਆਈ ਸੈਡ ਚੀਫ ਮਿਨਿਸਟਰ ਇਜ਼ ਆਲਸੋ ਕਮਿੰਗ ਟੂ ਦੀ ਸੇਮ ਸਟੇਜ, ਅਤੇ ਸਾਰੇ ਸਤਿਕਾਰ ਨਾਲ ਆ ਰਹੇ, ਔਰ ਧਾਰਮਿਕ ਤੌਰ 'ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਥੇ ਵਿਰਾਜਮਾਨ ਹੋਣਗੇ ਉੱਥੇ ਸਾਰਾ ਕੁਛ ਹੀ ਵਿੱਚ ਆ ਗਿਆ ਜੀ। ਨਹੀਂ, ਇਟਸ ਨੋਟ ਮਾਈ ਸਟੇਜ, ਲੈਟ ਮੀ ਬੀ ਵੈਰੀ ਓਬਵੀਅਸ, ਹੀ ਇਜ਼ ਬੀ ਆਈ ਬੀਨ ਮੇਡ ਟੂ ਅੰਡਰਸਟੈਂਡ ਹੀ ਇਜ਼ ਕਮਿੰਗ ਯੂਅਰ। ਮੈਂ ਨਾ ਤੁਸੀਂ ਬਾਰ ਬਾਰ ਕਹਿ ਰਿਹਾ ਜੀ, ਇਹ ਸਵਾਲ ਤੁਸੀਂ ਗਲਤ
ਜਿਹੜੇ ਕਰ ਰਹੇ ਉਹਨਾਂ ਨੂੰ ਇਹ ਸਵਾਲ ਕਰੋ, ਕਿਉਂਕਿ ਦੇਖੋ ਐਸ ਜੀ ਪੀ ਸੀ ਦੀ ਜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕੋਈ ਫੈਸਲਾ ਦੇ ਦਿੱਤਾ ਉਹਦੇ ਉੱਤੋਂ ਤਾਂ ਨਹੀਂ ਨਾ ਜਾ ਸਕਦਾ ਕੋਈ, ਔਰ ਜੇ ਅਕਾਲ ਤਖ਼ਤ ਸਾਹਿਬ ਜੀ ਦੇ ਸਤਿਕਾਰ ਵਜੋਂ ਸਨਮਾਨ ਵਜੋਂ ਉਹਨਾਂ ਦੇ ਫੈਸਲੇ ਵਜੋਂ ਜੇ ਰਾਸ਼ਟਰਪਤੀ ਸਾਹਿਬ ਉੱਥੇ ਆ ਰਹੇ ਆ ਤਾਂ ਕਿਸੇ ਨੂੰ ਕੀ ਢਿੱਡ ਪੀੜ ਆ ਜੀ। ਜੇ ਉੱਥੇ ਹੋਮ ਮਿਨਿਸਟਰ ਸਾਹਿਬ ਆ ਰਹੇ ਆ ਜਾਂ ਵੱਖ ਵੱਖ ਸੀ ਐੱਮ ਸਾਹਿਬ ਆ ਰਹੇ ਤਾਂ ਕਿਸੇ ਨੂੰ ਵਾਟਸ ਦਾ ਪ੍ਰੋਬਲਮ, ਕੀ ਢਿੱਡ ਪੀੜ ਆ? ਤੁਸੀਂ ਵੀ ਆਓ, ਮੈਂ ਤਾਂ ਕਹਿ ਰਿਹਾ ਨਾ ਰਲ ਮਿਲ ਕੇ ਆਓ। ਵਾਇਆ ਵੀ ਕ੍ਰੀਏਟਿੰਗ ਦਿਸ ਦਿਸ ਇਜ਼ ਦਾ ਹੋਲ, ਸਾਡੀ ਤਾਂ ਹੱਥ ਜੋੜ ਕੇ ਬੇਨਤੀ ਹੈ ਕਿ ਵਾਇਆ ਵੀ ਜਿਹੜੀ ਗੁਰੂ ਸਾਹਿਬ ਦੀ ਸਮੱਤ ਹੈ, ਬਖਸ਼ਿਸ਼ ਹੈ, ਜੋ ਗੁਰੂ ਸਾਹਿਬ ਦਾ ਰਸਤਾ ਉਹ 'ਤੇ ਪਹਿਰਾ ਦਿਉ। ਅਸੀਂ ਤਾਂ ਆਪ ਕਹਿ ਰਹੇ ਹਾਂ ਕਿ ਦਿਸ ਯੂ ਨਾਟ ਆਸਕਿੰਗ ਦਾ ਰਾਈਟ ਕੁਐਸਚਨ, ਯੂ ਆਸਕਿੰਗ ਦਾ ਰਾਈਟ ਕੁਐਸਚਨ ਟੂ ਦਾ ਰੋਂਗ ਪਰਸਨ। ਫੋਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫੋਰ ਆਲ ਲੇਟੈਸਟ ਨੋਟੀਫਿਕੇਸ਼ਨ, ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।